ठीक है ठीक है तू सुना वधिया खड़ी आ कणक सारे पिंड नालों टॉप दी खड़ी आ ते दूजी गल ए भी पहला आपां ने आहा अपनी 1509 लाई हुई सी पूरा 2.25 लाख का कढ़िया एक किला अच्छा हाँ टॉप ते करिया सारा काम ऐतकी सारिया नू कणक चो भी फाड़ी करूंगा चल वधिया हो ही जांदा टाइम पास तेरा हाँ हाँ वधिया पूरा जमा एन मैं कहदा नजारे ने पानी ना बस मैं नहीं पींदा ऐ हाँ खेती च बस हुंदा दा टाइम पास ही हैगा खेती चो कढ़ण कढ़ाउण नू नहीं कुछ बणदा चे 2.25 लाख दा हो जे डेढ़ दा हो जे किला ਇਹ ਤਾਂ ਨਾਲ ਕੰਮ ਹੋਰ 5-7 ਕੰਮ ਛੇੜ ਕੇ ਰੱਖਣੇ ਪੈਂਦੇ ਨੇ ਖੇਤੀ ਨਾਲ ਤਾਂ ਐ ਤੂੰ ਮੈਂ ਤਾਂ ਦੇਖ ਖੇਤੀ ਕਰੀ ਜਾਂਦਾ ਮੈਂ ਤਾਂ ਬਸ ਇੱਕ ਐ ਹੈਗਾ ਵੀ ਤੂੜੀ ਹੋ ਜਾਂਦੀ ਹੈਗੀ ਆਟਾ ਗੋਟਾ ਖਾਣ ਨੂੰ ਹੋ ਜਾਂਦਾ ਕਣਕ ਆਪਦੀ ਡੰਗਰਾਂ ਦਾ ਆਟਾ ਗੋਟਾ ਹੋ ਜਾਂਦਾ ਹੈਗਾ ਇੰਨਾ ਕੁ ਚੱਲਦਾ ਬਾਕੀ ਤਾਂ ਸਾਰੇ ਸਾਈਡ ਬਿਜ਼ਨਸ ਰੱਖੇ ਹੋਏ ਨੇ ਮੈਂ ਆਹੋ ਠੀਕ ਹੈ ਸਾਈਡ ਬਿਜ਼ਨਸ ਇਹ ਕੀ ਕਰਦਾ ਤੂੰ ਸਾਈਡ ਬਿਜ਼ਨਸ ਕਿਹੜਾ ਚਲਾ ਰੱਖਿਆ ਇਹ ਹਡੂਆ ਇਹ ਹੁਣ ਉਹ ਤਾਂ ਤੇਰੇ ਗੱਲ ਐਂ ਪਤਾ ਸਮਝ ਆਉਣ ਨਾ ਆਉਣ ਤੂੰ ਤਾਂ ਲੋਕਲ ਜਿਹਾ ਬੰਦਾ ਪਿੰਡੂ ਜਾ ਪਰ ਤੈਨੂੰ ਮੈਂ ਦੱਸ ਦਿੰਦਾਗਾ ਜਿਵੇਂ ਹੁਣ ਮੇਰਾ ਵੱਡੇ ਵੱਡੇ ਬੰਦਿਆਂ ਨਾਲ ਲਿੰਕ ਨੇਗੇ 3000 ਤਾਂ ਮੈਂ ਪ੍ਰਾਈਵੇਟ ਕੰਪਨੀਆਂ 'ਚ ਕੰਮ ਕਰਦਾਗਾ ਹਾਂ ਜੇ ਮੈਂ 2 ਬੰਦੇ ਜੋੜਤੇ 2 ਦੇ ਥੱਲੇ ਜੋੜਤੇ ਉਧਰੋਂ ਆਉਂਦਾ ਮੈਨੂੰ 30-35 ਲੱਖ ਰੁਪਏ ਦਾ ਮਹੀਨੇ ਦਾ ਠੱਗਬਾਜੀ ਚਲਾਈ ਹੋਈ ਆ ਹੈ ਆ ਕੁਛ ਨਹੀਂ ਅੱਗੇ ਦੱਸ ਬਾਕੀ ਆਪਣੇ ਜਿਵੇਂ ਹੁਣ ਪੋਲਿਟਿਕਸ 'ਚ ਆਉਣ ਦੀ ਤਿਆਰੀ ਕਰ ਰਿਹਾ ਮੈਂ ਹਲੇ ਥੋੜਾ ਜਿਹਾ ਟਾਈਮ ਘੱਟ ਦੀਗਾ ਆ ਫਰੀਦਕੋਟ ਤੋਂ ਜਿਹੜੀ ਕਰਮਜੀਤਰ ਮੋਲ ਨੂੰ ਟਿਕਟ ਦਿੱਤੀ ਆ ਫਿਲਮਾਂ ਵਾਲਾ ਜਿਹੜਾ ਕਰਮਜੀਤ ਨੂੰ ਕਿਹਾ ਮਾ ਕਰਮਜੀਤ ਦੇਖ ਮੇਰਾ ਤਾਂ ਉਹਨਾਂ ਦੀ ਲੋਟ ਤੇਰਾ ਹੁਣ ਇਧਰੋਂ ਮੈਨੂੰ ਕਹਿੰਦਾ ਸੀ ਕਦਨ ਫੋਨ ਤੇ ਹੱਥਨੇ ਜੇ ਕਰ ਲਿਆ ਸੀਗਾ ਕਹਿੰਦਾ ਮੇਰਾ ਫਿਲਮਾਂ ਵਾਲਾ ਕੰਮ ਠੰਡਾ ਪੈ ਰਿਹਾਗਾ ਮਾ ਚੱਲ ਐ ਤੂੰ ਕਰ ਲੈ ਲੈ ਟਿਕਟ ਇਧਰੋਂ ਮਾ ਤੂੰ ਲੜ ਲਾ ਤੇਰਾ ਇਧਰੋਂ ਕਿਤੇ ਲੱਗ ਜਾਏ ਕਿਸੇ ਆਹਰ ਲੱਗ ਜਾਏਗਾ ਵਿਹਲਾ ਫਿਰਦਾ ਨਾ ਸਿਆਣੀ ਗੱਲ ਆ ਚੱਲ ਵਧੀਆ ਭਾਈ ਹਾਂ ਬਾਕੀ ਹੋਰ ਹੈਗਾ ਹਾਂ ਆਪਣਾ ਇਹ ਨਿੱਕ ਪਾਲਟੀ ਨਾਲ ਲਿੰਕ ਨਹੀਂ ਹੈਗਾ ਅੱਛਾ ਸਾਰੀਆਂ ਪਾਲਟੀ ਨਾਲ ਲਿੰਕ ਹੈਗਾ ਆ ਆਪਣੇ ਸੁਖਵੀਰ ਹੋਰੀ ਹਾਂ ਸੁਖਵੀਰ ਬਾਦਲ ਹਾਂ ਰੋਜ਼ ਹੱਥਲੇ ਫੋਨ ਕਰਦਾਗਾ ਹਾਲ ਚਾਲ ਪੁੱਛਦਾ ਕਿਤੇ ਉਹ ਨਾ ਹੋਵੇ ਫਿਰ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਉਹ ਤਾਂ ਉਹੀ ਮਰੀ ਜਾਂਦਾਗਾ ਉਹ ਕੰਮ ਨਾ ਲਿੰਕ ਬਣਾਏ ਹੋਏ ਨੇ ਸਾਰੇ ਲਿੰਕ ਉਹ ਲਿੰਕ ਲੁੰਕ ਇੱਥੇ ਹੀ ਰਹਿ ਜਾਂਦੇ ਨੇ ਮੈਨੂੰ ਸਾਰਾ ਪਤਾ ਜਿਹੜੇ ਸਾਹਿਬ ਨੇ ਤੂੰ ਗੱਲਾਂ ਕਰਦਾ ਵੀ 2.5 ਲੱਖ ਰੁਪਏ ਦਾ ਕੀਲਾ ਹੋਇਆਗਾ ਹਾਂ ਲੱਗਦਾ ਨਹੀਂ खेत मग गया 2 घंटे लाया पूरे भेने आही हाल इन्होंने कंजर कलेश करके आप भी मिलनो गिलो गई ਨਹੀਂ ਹੋਰ ਹੁਣ ਇਹਨਾਂ ਦੇ ਨਾਲੇ ਕੰਜਰਾਂ ਦੀ ਕੋਈ ਲੜਾਈ ਨਹੀਂ ਆਹ ਇੱਕ ਦੂਜੇ ਦੀਆਂ ਗੱਲਾਂ ਹੀ ਵੱਢੀ ਜਾਂਦੇ ਨੇ ਫੁਕਰੀਆਂ ਜੋਗੇ ਨੇ ਅੱਲੇ ਪੱਲੇ ਦੋਨਾਂ ਦੇ ਕੁਛ ਨਹੀਂ ਹੈਗਾ ਇਹ ਜਿਹੇ ਹੀ ਨੇ ਦੋਨੋਂ ਇਹਨਾਂ ਨੂੰ ਤੇ ਇਹਨਾਂ ਨੇ ਤਾਂ ਨਾ ਆਪਾਂ ਨੂੰ ਵੀ ਦੋਨੇ ਭੈਣਾਂ ਨੂੰ ਤੋੜ ਕੇ ਰੱਖਤਾ ਕੰਜਰਾਂ ਨੇ ਸਹੀ ਕਹਿੰਦੀ ਆ ਤੂੰ ਫੁਕਰੀਆਂ ਦੀ ਲੜਾਈ ਆ ਬਸ ਇਹਨਾਂ ਦੀ ਤਾਂ ਮੇਰੇ ਕੋਲ ਆ ਤੇਰੇ ਕੋਲ ਆ ਮੇਰੇ ਕੋਲ ਆ ਤੇਰੇ ਕੋਲ ਆ ਬਸ ਆ ਤੇਰੇ ਵਾਲਾ ਦੇਖ ਲੈ ਕਹਿੰਦਾ ਮੈਂ ਉਹ ਬਣਨ ਲੈ ਐਮਐਲਏ ਵੀ ਤੂੰ ਇਸੇ ਦੇ ਕੰਮ ਵਾਸਤੇ ਤੇ ਤੂੰ ਹੀ ਆ ਦੁਨੀਆ ਤੇ ਹੋਰ ਤਾਂ ਦੁਨੀਆ ਤੇ ਹੈ ਹੀ ਨਹੀਂ ਮੈਂ ਸਾਡਾ ਜਿਹੜਾ ਮਾੜਾ ਮੁੱਟਾ ਸਾਡਾ ਘਰ ਉਹ ਵੀ ਵਿੱਚ ਕੇ ਲਾ ਦੂਗਾ ਤਾਂ ਆ ਸਾਡੇ ਵਾਲਾ ਦੇਖ ਲੈ ਕਿੱਲੇ ਚੋਂ ਕਹਿੰਦਾ ਇੰਨੀ ਜਿਵੇਂ ਉਹ ਨਿਕਲੀ ਆ ਫਸਲ ਨਿਕਲੀ ਆ ਇੰਨੇ ਦੀ ਨਿਕਲੀ ਆ ਸਵਾਹ ਨਿਕਲੀ ਆ ਮਰ ਜਾਣਾ ਸਾਰਾ ਦਿਨ ਤਾਂ ਮੰਜੇ 'ਚ ਪਿਆ ਰਹਿੰਦਾਗਾ ਜਮਾ ਹੀ ਨਹੀਂ ਨਿਕਲਦਾ ਘਰੋਂ ਜੇ ਭਾਗ ਜੂ ਜੇ ਮੈਂ ਬਾਹਰੇ ਖੜ ਜਾਊ ਤਾਂ ਮੈਨੂੰ ਕਹਿ ਦਿੰਦਾ ਇੱਥੇ ਖੜੀ ਕੀ ਕਰਦੇ ਆ ਨਹੀਂ ਭੈਣੇ ਪੁੱਛਣਾ ਰਾਣੋ ਤਪਾ ਰੱਖੀ ਆ 2 ਟੋਲੇ ਮਾਂ ਬਾਪ ਨੇ ਦੋਨੇ ਹੀ ਨਹੀਂ ਚੱਜ ਦੋਨੋਂ ਨੇ ਕੰਮੇ ਨੇ ਭੈਣੇ ਕਹਿੰਗੀ ਤਾਂ ਕੀ ਕਹਿੰਗੀ ਤੇਰੇ ਵਾਲਾ ਵੀ ਜਮਾ ਹੀ ਸੀ ਰਾ ਜਮਾ ਹੀ ਆ ਤੂੰ ਐਂ ਕਰ ਪਾਣੀ ਲਵੇਂਗੀ ਕਿ ਚਾਹ ਹੀ ਲਵੇਂਗੀ ਮੈਂ ਬਸ ਚਾਹ ਪੀ ਲਾਂਗੀ ਹੁਣ ਮਰੀ ਜਾਂਦੇ ਨਾ ਲੜੀ ਜਾਂਦੇ ਆਪਾਂ ਨਹੀਂ ਨਾ ਚ ਬੋਲਦੇ ਤਫਾ ਮੋਦੇ ਹੁਣ ਲੈ ਦੇਖ ਲੈ ਚਾਹ ਹੋਕਰੇ ਮਰ ਜਾਂਦਾ ਤੂੰ ਐਂ ਕਰ ਰੋਟੀ ਖਾ ਮੈਂ ਦੇਖ ਲਾ ਉਹਨੂੰ ਚੰਗਾ ਕੀ ਕਹਿੰਦਾ ਠੀਕ ਹੈ ਪੁੱਛੀ ਜਿੱਥੇ ਕਿੱਥੇ ਚਲੇ ਜਾਣਗੇ ਜਿੱਥੇ ਦੋਨੋਂ ਜਣੇ ਬੈਠ ਜਾਣਗੇ ਆਹੀ ਕੰਮ ਹੈ ਮੈਨੂੰ ਮਹਾ ਘਰ ਕੋਰ ਜਾ ਪਾਇਆ ਨਹੀਂ ਹੈਗਾ ਜਮੀ
ਸਿੰਪਲ ਜੀ ਰੱਖ ਰਿਹਾ ਕੰਮ ਘਰ ਤਾਂ ਪਾਵਾਂਗੇ ਹਜੇ ਹੋਰ ਥੋੜਾ ਜਿਹਾ ਕੰਮ ਜਿਹਾ ਉਲਝਿਆ ਹੋਇਆ ਹਲੇ ਪਾਵਾਂਗੇ ਘਰ ਵੀ ਪਾਵਾਂਗੇ ਤੂੰ ਫੱਟੇ ਚੱਕਾਂਗੇ ਪੂਰੇ ਕੋਠੀ ਪਾਵਾਂਗੇ ਟੌਪ ਦੀ ਇੱਥੇ ਦੇਖੀ ਪਾਵਾਂਗੇ ਕੋਠੀ ਹਾਂ ਇਹ ਏ ਸੀ ਵੀ ਨਹੀਂ ਲਵਾਇਆ ਹੈਗਾ ਏ ਸੀ ਏ ਸੀ ਤਾਂ ਲੱਗਿਆ ਹੋਇਆ ਦਿਖਦਾ ਤਾਂ ਹੈ ਨਹੀਂ ਐਂ ਹੁਣ ਦਿਖਾਵੇ ਨੂੰ ਥੋੜ੍ਹੀ ਲਾਇਆ ਅੰਦਰ ਲੱਗਿਆ ਹੋਇਆ ਹੁਣ ਉਹਦੇ ਥੋੜ੍ਹੀ ਏ ਸੀ ਲੱਗਿਆ ਏ ਸੀ ਤੋਂ ਬਿਨਾਂ ਕਿਵੇਂ ਕੱਟਦੇ ਹੋਵੋਗੇ ਤੁਸੀਂ ਜੇ ਏ ਸੀ ਨਾ ਲੱਗਿਆ ਹੋਇਆ ਛੱਡਦਾ ਵੀ ਇੱਕ ਇੱਕ ਕਮਰੇ 'ਚ ਦੋ ਦੋ ਏ ਸੀ ਲੱਗੇ ਹੋਏ ਨੇ ਸਾਡੇ ਇੱਕ ਉਹ ਮੋਰੀ ਵਾਲਾ ਲੱਗਿਆ ਹੋਇਆ ਹੈਗਾ ਇੱਕ ਦੂਜਾ ਜਿਹੜਾ ਅੰਦਰ ਲੱਗਦਾ ਕੰਧ 'ਤੇ ਉਹ ਲੱਗਿਆ ਹੋਇਆ ਹੈਗਾ ਜਾਣਦਾ ਮੈਂ ਤੁਹਾਨੂੰ ਸਾਡਾ ਐਂ ਤੂੰ ਯਕੀਨ ਨਹੀਂ ਮੰਨਣਾ ਆਪਣਾ ਤ੍ਰਿਭੂ ਸਾਡਾ ਮੈਂ ਡੰਗਰ ਵਾਲੇ 'ਚ ਵੀ ਏ ਸੀ ਲੱਗਿਆ ਹੋਇਆ ਹੈਗਾ ਆਹੋ ਜਾਣਦਾ ਮੈਂ ਤੁਹਾਨੂੰ ਵਿਹੜੇ 'ਚ ਮੱਛਰਦਾਨੀ ਲਾ ਕੇ ਸੌਣ ਵਾਲਿਆਂ ਨੂੰ ਕੀ ਕਹੀ ਆ ਨਾ ਆ ਕੁਛ ਨਹੀਂ ਮੈਂ ਤਾਂ ਇੱਕ ਤੇ ਹਾਸੇ ਵਾਲੀ ਗੱਲ ਆ ਗਈ ਮੈਂ ਕਦੇ ਕਦੇ ਸੋਚਦਾ ਹੁੰਦਾ ਹੈਗਾ ਹਾਂ ਵੀ ਤੇਰਾ ਨੌ ਗਰੀਬੂ ਕਿਹਨੇ ਰੱਖਦਾ ਸੀਗਾ ਜਿਹਦਾ ਨੌਏ ਗਰੀਬੂ ਉਹਨੇ ਸਵਾ ਤਰੱਕੀ ਕਰਨੀ ਹੈਗੀ ਕੀ ਮਤਲਬ ਤੇਰਾ ਕਹਿਣ ਦਾ ਮਤਲਬ ਤਾਂ ਤੂੰ ਆਪ ਹੀ ਸਮਝ ਹੁਣ ਤਾਂ ਹੀ ਤਾਂ ਤੇਰੇ ਕਰਮਾਂ 'ਚ ਆਹ ਕੁਛ ਪਿਆ ਗਾ ਜੇ ਤੇਰਾ ਨੌ ਹੈ ਜਾਂ ਗਰੀਬੂ ਇਹ ਕੀ ਗੱਲ ਹੋਈ ਤੇਰੀ ਤੂੰ ਮਤਲਬ ਮੈਨੂੰ ਸਮਝਾ ਹੁਣ ਗੱਲ ਇਹ ਪੂਰੀ ਇੱਥੇ ਤਰਕ ਤੇ ਗੱਲ ਕਰ ਚੱਲ ਕੋਈ ਗੱਲ ਨਹੀਂ ਸਮਝਾਉਣੀ ਤੂੰ ਚੱਲ ਬਸ ਕੋਈ ਨਾ ਬਾਈ ਤੇਰੇ ਉੱਪਰ ਦੀਆਂ ਗੱਲਾਂ ਨੇ ਘਰ ਦਾ ਚੁੱਪ ਦੀਆਂ ਗੱਲਾਂ ਨੇ ਮੈਂ ਜਾਣਦਾ ਤੈਨੂੰ ਵੱਡੇ ਸ਼ਾਹੂਕਾਰ ਨੂੰ ਆ ਚਾਹ ਲਿਆ ਦੇ ਕਿੱਥੇ ਰਹਿ ਗਈ ਹੈਲੋ ਆ ਚਾਹ ਚੂ ਫੂਕ ਦੋ ਲਿਆ ਦੋ ਭਾਈ ਤਰੀ ਦਾ ਪਈਆ ਚਾਹ ਅੱਛਾ ਤੂੰ ਆ ਗਈ ਮਖਾ ਕਿਤੇ ਰਾਣੂ ਆ ਗਈ ਰਾਣੂ ਤਾਂ ਅੰਦਰ ਬੈਠੀ ਆ ਤੂੰ ਦੱਸ ਰਾਣ ਤੋਂ ਕੀ ਕਰਾਉਣਾ ਚੱਲ ਚਾਹ ਕਹਿੰਦੇ ਸੀ ਵੀ ਚਾਹ ਕੋਈ ਨਾ ਭਾਈ ਇੰਨੀ ਨਾ ਭਾਈ ਗੁੱਸਾ ਬਹੁਤ ਕਰਿਆ ਕਰ ਕੁੱਤੇ ਖਾਣੀ ਇਹਦੇ ਨਾਲ ਕੁੱਤੇ ਖਾਣੀ ਨਹੀਂ ਕਰਦੀ ਹੈਗੀ ਜੀਜਾ ਤੂੰ ਵੀ ਜ਼ਿਆਦੇ ਬੋਲਦਾਗਾ ਮੇਰਾ ਬੰਦਾ ਗਾ ਇੰਨਾ ਕਹਦਾ ਚੱਲਦਾ ਹੀ ਰਹਿੰਦਾ ਘਰੇ ਜੀ ਚਾਹ ਤਾਂ ਰੱਖੀ ਹੈਗੀ ਲਿਆਉਣੀ ਆ ਬਸ 2 ਮਿੰਟਾਂ 'ਚ ਆ ਚੱਲ ਕੋਈ ਨਾ ਠੀਕ ਆ ਲਿਆ ਛੇਤੀ ਕੰਮ ਤਾਂ ਉਲਝ ਗਿਆ ਕੰਮ ਸਾਰੇ ਤੂੰ ਹੀ ਕਰਦੀ ਸਾਲੀਏ ਫਿਰ ਲਾਹੌਰ ਗਵੰਡੀ ਕਰਨਗੇ ਜੀਜਾ ਆਪ ਹੀ ਕਰਨੇ ਨੇ ਆਪਦੇ ਘਰ ਦੇ ਕੰਮ ਨੇ ਔਖਾ ਤੇਰਾ ਕਿਉਂ ਤੁਹਾਡੇ ਕੰਮ ਕੌਣ ਕਰਦਾ ਕਿ ਤੂੰ ਕਰਦਾ ਸਾਰੇ ਕੰਮ ਤੂੰ ਕਰਦੀ ਹੈਗੀ ਝਾੜੂ ਪੋਚਾ ਦੇਖ ਲਾ ਕਿੰਨੀ ਸੋਹਣੀ ਹੁੰਦੀ ਤੂੰ ਪਹਿਲਾਂ ਜਵਾਨੀ ਪਹਿਰੇ ਹੈਂ ਹੁਣ ਦੇਖ ਲਾ ਕਿਵੇਂ ਕਮਲਾਈ ਪਈ ਹੈਗੀ ਜਮਾ ਜਦੋਂ ਵਿਆਹ ਹੋ ਜਾਏ ਨਾ ਬੰਦੇ ਦੇ ਕਰਮ ਹੁੰਦੇ ਆ ਕੰਮ ਕਰਨਾ ਤਾਂ ਆਪਦੇ ਘਰ ਦਾ ਕੰਮ ਨਹੀਂ ਕਰਾਂਗੇ ਹੋਰ ਕਿਹਦਾ ਕਰਾਂਗੇ ਜਾ ਕੇ ਪਹਿਲਾਂ ਮੈਨੂੰ ਐਂ ਦੱਸ ਕਰਮ ਤੂੰ ਐਂ ਦੇਖ ਤੇਰੀ ਭੈਣ ਨੂੰ ਵੀ ਵੈਸੇ ਨੂੰ ਕੈਸਾ ਲੋਗੇ ਹੱਥ ਦੇਖ ਲਾ ਚਿੱਟੇ ਚਿੱਟੇ ਪਹਿਨੇ ਮਿਲੇ ਵਰਗੇ ਮੈਂ ਨਹੀਂ ਕੰਮ ਕਰਾਉਂਦਾ ਤੂੰ ਕਿਉਂ ਹੋਰ ਤੂੰ ਕਰਦਾ ਘਰ ਦੇ ਕੰਮ ਓਹੋ ਮੈਂ ਕਾਹਨੂੰ ਕਰਦਾਗਾ ਤੂੰ ਐਂ ਦੇਖ ਪੰਜ ਦਾ ਕੰਮ ਵਾਲੀਆਂ ਲਾਈਆਂ ਨੇ ਪੰਜ ਝਾੜੂ ਵਾਲੀ ਅੱਡ ਲਾਈ ਹੋਈ ਆ ਅੱਛਾ ਪੋਚੀ ਵਾਲੀ ਅੱਡ ਲਾਈ ਹੋਈ ਆ ਰੋਟੀ ਪਕਾਉਣ ਵਾਲੀ ਅੱਡ ਲਾਈ ਹੋਈ ਕੱਪੜੇ ਧੋਣ ਵਾਲੀ ਅੱਡ ਲਾਈ ਹੋਈ ਆ ਗੋਹੇ ਵਾਲੀ ਅੱਡ ਲਾਈ ਹੋਈ ਆ ਪੰਜ ਪੰਜ ਕੰਮ ਵਾਲੀ ਆਉਂਦੀਆਂ ਨੇ ਜੱਟ ਦੇ ਫਿਰ ਤੇਰੇ ਤਾਂ ਕੰਮ ਜੀਜਾ ਹੁਣ ਵੱਡੇ ਨੇ ਮੇਰੇ ਤਾਂ ਪੱਲੇ ਬੂਝੜ ਪੈ ਗਿਆ ਇਹਨੂੰ ਤਾਂ ਆਪਦੇ ਤੋਂ ਵਿਹਲ ਨਹੀਂ ਕੰਮ ਵਾਲੀ ਕਿੱਥੋਂ ਲਾ ਦੂਗਾ ਇਹ ਨਹੀਂ ਉਹ ਕਰਨਾ ਸਾਰੇ ਕੰਮ ਕਦੇ ਕਦੇ ਮੈਨੂੰ ਸੱਚੀ ਬਹੁਤ ਤਰਸ ਆਉਂਦਾ ਤੇਰੇ ਤੇ ਵੀ ਕਿੱਥੇ ਫਸ ਗਈ ਤੂੰ ਹਨਾ ਇਹ ਜਾਂ ਇੱਕ ਤਾਂ ਊਂ ਆਜਾ ਸਰੀਰ ਤੋਂ ਐਂ ਜੇ ਕਰ ਕਰਕੇ ਤੁਰੀ ਜਾਂਦਾ ਵੀ ਸਿੱਧਾ ਤੁਰ ਲੈ ਉੱਪਰੋਂ ਦੇਖ ਲਾ ਕੰਮ 'ਚ ਸਾਰਾ ਦਿਨ ਤੈਨੂੰ ਪਾਈ ਰੱਖਦਾ ਹੈਗਾ ਵੀ ਘੱਟੋ ਘੱਟ ਹੋਰ ਨਹੀਂ ਜੇ ਘਰ ਘੁਰੀ ਪਾ ਲੈਂਦਾ ਕੋਈ ਹੈ ਚੱਲ ਕੋਈ ਨਾ ਜੀਜਾ ਤੂੰ ਮੇਰੀ ਭੈਣ ਨੂੰ ਐਸ਼ ਕਰਾ ਕੇ ਰੱਖੀ ਹੋਈ ਹੈ ਨਾ ਇਹੀ ਵਾਧੂ ਆ ਮੈਂ ਤਾਂ ਐਸ਼ ਕਰਾਈ ਆ ਕੂਲੇ ਕੂਲੇ ਹੱਥ ਪਏ ਨੇ ਹੱਥ ਫੜ ਕੇ ਦੇਖ ਲਾ ਜੇ ਚਿੱਟੇ ਚਿੱਟੇ ਪਏ ਨੇ ਐਂ ਥੋੜ੍ਹੀ ਹੈਗਾ ਵੀ ਕੋਈ ਐਂ ਸੂਈ ਚੱਕ ਕੇ ਇੱਧਰ ਧਰਨੀ ਹੈਗੀ ਇੱਧਰੋਂ ਇੱਧਰ ਆਹੋ ਹੱਥ ਤਾਂ ਚਿੱਟੇ ਹੋਣੀ ਨੇ ਪੋਚੇ ਪੂਚੇ ਆਪ ਲਾਉਂਦਾ ਹੂੰ ਨਾ ਤੈਨੂੰ ਕੀ ਪਤਾ ਸਾਡੂ ਆ ਹੋਰ ਹੀ ਮਰੀ ਜਾਂਦਾ ਗਾ ਮੈਂ ਕਿਉਂ ਲਾਉਂਦਾ ਹੋਊਗਾ ਅਡੇ ਦੱਸਿਆ ਤੈਨੂੰ ਕੰਮ ਵਾਲੇ ਨੇ ਮੇਰੀ ਚੜ੍ਹਾਈ ਬਹੁਤ ਹੈ ਮੇਰੀ ਉਹ ਮੈਂ ਜਾਣਦਾ ਤੇਰੀ ਚੜ੍ਹਾਈ ਨੂੰ ਆ ਬੈਲਟ ਤੂੰ ਟੁੱਟੀ ਹੋਈ ਲਾਈ ਖੜਾ ਆ ਨਾਲੇ ਬੂਟ ਵੀ ਟੁੱਟੇ ਹੋਏ ਪਾਈ ਖੜਾ ਆ ਜਾਣਦਾ ਵੱਡਾ ਦੌੜੀ ਓਏ ਤੈਨੂੰ ਇਹੀ ਦਾ ਪਤਾ ਨਹੀਂ ਸਾਡੂ ਆ ਹੈ ਆ ਬੈਲਟ ਜਿਹੜੀ ਦੀ ਗੱਲ ਕਰਦਾ ਗਾ ਗੁੱਚੀ ਦੀ ਗੁੱਚੀ ਦੀ ਆ ਜਿਹੜੇ ਬੂਟਾਂ ਦੀ ਗੱਲ ਕਰਦਾ ਗਾ ਪੂਮਾ ਦੇ ਨੇ ਪੂਮਾ ਦੇ ਆਹੋ ਉਹ ਗੁੱਚੀ ਦੀ ਤਾਂ ਹੋਣੀ ਆ ਗੁੱਚੀ ਤੋਂ ਮੰਗ ਕੇ ਲਾਈ ਹੂ ਆ ਬੂਟ ਵੀ ਪੰਮੇ ਦੇ ਲੱਗਦੇ ਆ ਮੈਨੂੰ ਤਾਂ ਓਏ ਐ ਨਹੀਂ ਓਏ ਖਾਸਮਾ ਕੰਪਨੀ ਆ ਇਹ ਗੁੱਚੀ ਤੇ ਪੂਮਾ ਜੀਜਾ ਮੇਰੀ ਗੱਲ ਸੁਣ ਜਦੋਂ ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਤੂੰ ਵਿੱਚ ਕਾਹਤੋਂ ਬੋਲਦਾ ਹੁੰਦਾ ਜਾਇ ਕਰ ਅੰਦਰ ਆ ਦੇਖ ਲਾ ਸਾਲੀਏ ਕਹਦਾ ਗੂਚੀ ਤੋਂ ਮੰਗ ਕੇ ਲੈ ਕੇ ਯਾਰ ਅਨਪੜ ਬੰਦੇ ਨਾਲ ਵਿਆਹ ਹੋ ਗਿਆ ਜੀਜਾ ਮੇਰੀ ਗੱਲ ਸੁਣ ਚੁੱਪ ਕਰ ਜਾ ਕਿਉਂ ਫੁਕਰੇ ਦੇ ਪੱਲੇ ਲੱਗਦਾਂਗਾ ਇਹ ਤਾਂ ਪਹਿਲੀ ਫੁਕਰਾ ਹੋਰ ਪੰਪ ਭਰੀ ਜਾਣਾ ਓ ਚੱਲ ਠੀਕ ਹੈ ਇਹਨੂੰ ਟਿਕਿਆ ਲਾ ਹੈ ਇਹ ਤਾਂ ਟਿਕਿਆ ਹੋਇਆ ਤੂੰ ਚੱਲ ਮੈਂ ਚਾਹ ਲਿਆ ਕੇ ਦਿੰਦੇ ਤੈਨੂੰ ਮੈਂ ਜਾਣਦਾ ਕਿੱਥੇ ਬੋਲਦਾ ਇਹ ਉਹ ਬਗ ਜਾ ਬੇ ਜੀਜਾ ਮੇਰੀ ਗੱਲ ਸੁਣ
आन पढ़ते कानू पले लगता होना तू तू पढ़िया लिखेंगा तेन सारी आकल आ तू ए कर बह जा बंजे ते रामदारी कर लिया कर क्यों गेड़े कड़ता फिरदा रहना मैं तो गेड़े कानू कड़ता फिरदा मैं तो मुँह ये नहीं देख दाँगा जे कि पिंड पुंड जाते होंगे तो अद्धा किलोमीटर का फर्क पै जाना थोड़े ना आपसी तुरे जाना जो करके तुरदा होना हथ बने जह जब मेरे माँ बाप ने टोलता मैनू हूँ ये निभानी पौ इन छड़ के हूँ मैं होर तो करना नहीं माँ बाप ने टोलता तेरिया की अखा पुट रहा तेरिया की अखा तो पट्टी पैगी है बई असं आपके माँ बाप के कहने चा वो तो उन्हें तो बहर नहीं है जह जो उन्होंने टोलता ठीक है मेरे लिए तू ए दस दे चाह पानी पीना है हूं ना मैं नहीं पीना है हां हां जानू सच्ची कहना यार तेरे बिना जी नहीं लगता है तेन हग घर बड़ा जी करता टाइम भी बहुत हो गया अपा मिलिया हाँ पता की चक्कर वह तो फिर हूँ उधर तो तेन पति है फिल्मों का काम अपना जान जान करके उस जो डायलॉग हूँ दो मिलते हैं आपस में जोड़ा मिलता हूँ फिर जान जाने कहना हूँ हाँ आजूगा मैं आके जाऊँगा गेड़ा मार के जाऊँगा तरसे तेरे को आके हाँ चल मैं घर का माड़ा फिर घर रिश्तेदार आए हुए मैं सब्जी भाजी भी लेके जानी कुछ बाकी होर काम धंधे भी ने ठीक है चल मैं करदा फिर तेरे नाल ठीक है ओके ਹੋਰ ਮਾਸਰਾ ਕਿਵੇਂ ਗੇੜਾ ਦੇਣ ਆ ਗਿਆ ਬਾਰੇ ਮੈਂ ਤਾਂ ਉਹੀ ਬਾਰੇ ਮਹਾਂ ਚੱਲ ਬਾਰੇ ਗੇੜਾ ਦੇ ਆਉਣਾ ਕਿ ਮਹਾਂ ਦੇਖ ਆਉਣਾ ਪਿੰਡ ਕਿਹੋ ਜਿਹਾ ਤੁਹਾਡਾ ਪਿੰਡ ਤਾਂ ਵਧੀਆ ਆਪਣਾ ਆਹ ਕੰਜਰ ਦਾ ਜਮੀਕਰ ਸਾਹਿਬ ਬਣਾ ਲਈ ਹਲੇ ਸਿਆਲ ਲੰਘਿਆ ਨਹੀਂ ਗਿਆ ਹੁਣ ਯਾਰ ਨਿਕਰਾਂ ਜਿਹਾ ਲੱਗਿਆ ਪਾਉਣਾ ਹੈ ਨਿਕਰਾਂ ਨੁਕਰਾਂ ਆਮ ਨਿਕਰਾਂ ਨਹੀਂ ਹੈਗੀਆਂ ਇਹ ਹਾਂ ਮੇਰਾ ਫਿਲਮਾਂ ਦੇ 'ਚ ਕੰਮ ਕਰਿਆ ਕਰੂੰਗਾ ਮੈਂ ਮਤਲਬ ਵੀ ਐਕਟਰ ਬਣੂੰਗਾ ਤਾਂ ਕਰਕੇ ਮੇਰਾ ਸ਼ੌਂਕ ਜਾਗਾ ਮੈਂ ਆਹ ਬਾਲ ਬੂਲ ਜੇ ਰੱਖਣੇ ਮਤਲਬ ਫਿਲਮਾਂ 'ਚ ਕਿਵੇਂ ਫਿਲਮਾਂ 'ਚ ਵੱਡੀਆਂ ਫਿਲਮਾਂ 'ਚ ਉਹਨਾਂ ਨਾਲ ਸ਼ਿਪਰਾ ਗੋਲ ਹੋ ਰਹੀਆਂ ਨਾਲ ਨੀਰੂ ਬਾਜਵਾ ਹੋ ਰਹੀਆਂ ਨਾਲ ਆਹ ਤੈਨੂੰ ਤਾਂ ਕਿਤੇ ਹੋਰ ਨਾ ਲੈ ਲੈਣ ਫਿਲਮਾਂ 'ਚ ਕਜਰਦਾ ਉਹੀ ਬਣਾਈ ਜਾਂਦਾ ਕੰਮ ਨੂੰ ਹੈ ਤੈਨੂੰ ਤਾਂ ਕਿਤੇ ਫਿਲਮ ਵਾਲੇ ਗਾਹਾਂ ਨਾ ਲੈ ਲੈਣ ਕਿਤੇ ਉਹ ਯਾਰ ਮਸਲਾ ਲੈ ਤੂੰ ਤਾਂ ਮਜ਼ਾਕ ਸਮਝਦਾਂਗਾ ਤੈਨੂੰ ਪਤਾ ਮੇਰੇ ਲਿੰਕ ਕਿੱਥੇ ਤੱਕ ਨੇਗੇ ਆਹ ਵੱਡੀਆਂ ਵੱਡੀਆਂ ਫਿਲਮਾਂ ਦੇ ਡਾਇਰੈਕਟਰ ਪ੍ਰੋਡਿਊਸਰ ਸਾਰੇ ਜਾਣਦੇ ਨੇ ਮੈਨੂੰ ਤਾਂ ਕਹਿੰਦੇ ਨੇ ਬਸ ਤੂੰ ਆ ਜਾ ਥੋੜ੍ਹਾ ਜਿਹਾ ਮੈਂ ਪੜ੍ਹਾਈ ਜੀ ਕਰਕੇ ਰੁਕ ਰਿਹਾਗਾ ਅੱਛਾ ਵੀ ਤੈਨੂੰ ਜਾਣਦੇ ਨੇ ਕਹਿੰਦੇ ਲੈ ਲਿਆ ਕਰਾਂਗੇ ਫਿਲਮਾਂ 'ਚ ਹੈ ਹਾਂ ਦੇਖੀ ਤੂੰ ਨੀਰੂ ਬਾਜਵਾ ਨਾਲ ਫਿਲਮ ਆਊਗੀ ਮੇਰੀ ਇੱਕ ਦਿਨ ਹੈ ਕਰੀ ਓਏ ਹਾਂ ਤੇਰੇ ਪਾਪੇ ਨੂੰ ਲੈ ਲਈ ਫਿਲਮ ਦੇ ਵਿੱਚ ਜਦੋਂ ਐ ਲੰਘ ਜਾ ਮਾਰ ਕੇ ਆ ਜਾਇਆ ਕਰੂਗਾ ਦੇਖ ਉਹਦਾ ਰੋਲ ਬਹੁਤ ਚੱਲੂਗਾ मैं कहना गा मेरे पापे तो उम्र लंघ गई चलो बुढ़ा हो गया तू थोड़ा जवान पे नाल मासी नू ले लेना गा मुल्ला बड़ा मरू कंजर दे मुंह ते आप दे केला हुन आप दे केला ना आ की दा फोन दी ओए एदा मुंडा ही गा तरसेम नू समझाऊं लग रहेगा मखा भी एवें तेनू डायलॉग करने पे करनगे नाल जाया करू ना बंदा छड़ा लगदा नहीं मुंडा दीगा ओ यार मुंडा ही गा यार मासड़ा तू तो ओही ओही गल्ला करी ना कहण दा तू जान लग रहे दीगे जान जान ਉਹ ਤਾਂ ਫਿਰ ਬਸ ਕਹਿਣਾ ਪੈਂਦਾ ਫਿਰ ਜਾਣ ਜਾਣ ਅੱਜ ਕੱਲ ਤਾਂ ਸਾਰਿਆਂ ਨੂੰ ਹੀ ਜਾਣ ਜਾਣ ਕਿਹਾ ਜਾਂਦਾ ਹੈ ਮੁੰਡਿਆਂ ਨੂੰ ਵੀ ਜਾਣ ਕਹਿੰਦੇ ਨੇਗੇ ਸਾਰਿਆਂ ਨੂੰ ਜਾਣ ਕਹਿਣਾ ਮੈਂ ਤਾਂ ਏ ਟੂ ਜ਼ੈਡ ਤੁਸੀਂ ਕੰਜਰ ਦੇ ਜ਼ਮੀਨ ਨਵਾਂ ਰਵਾਜ ਛੇੜ ਰਿਹਾ ਹੋਰ ਮੈਂ ਦੇਖਦਾ ਨੈਟ ਜੇ ਤੇ ਬੋ ਆਪਦੇ ਆਪਾਂ ਮਸ਼ੂਕਾਂ ਨੂੰ ਤੇ ਬਹੂਆਂ ਨੂੰ ਕਹੀ ਜਾਣਗੇ ਪੁੱਤ ਪੁੱਤ ਆਪਦੇ ਮਾਂ ਨੂੰ ਕਹੀ ਜਾਣਗੇ ਡਾਰਲਿੰਗ ਡਾਰਲਿੰਗ ਕੋਈ ਭੈਣ ਦਾ ਹਿਸਾਬ ਸਿਰ ਰੱਖ ਰਿਹਾ ਕਰੋ ਰਿਸ਼ਤਾ ਸਾਰੇ ਉਲਟ ਪੁਲਟ ਕਰਕੇ ਤੁਸੀਂ ਨੇ ਕੰਮ ਹੈ ਉਲਟ ਪੁਲਟ ਮੁੰਡੇ ਨੂੰ ਆਸ ਜਾਣ ਕਹੀ ਜਾਣਾ ਤੁਸੀਂ ਉਹ ਤਾਂ ਫਿਰ ਹੁਣ ਮੇਰੀ ਗੱਲ ਸੁਣਾ ਜਦੋਂ ਆਪਾਂ ਕਹਿ ਦੇਣੇ ਵੀ ਤੇਰੇ ਉੱਤੋਂ ਨਹੀਂ ਮੈਂ ਜਾਣ ਬਾਰ ਦੂੰ ਉਹ ਜਾਣ ਆ ਕਿ ਯਾਰ ਤੂੰ ਗਲਤ ਨਾ ਸਮਝਿਆ ਕਰ ਮਸਲਾ ਯਾਰ ਤੈਨੂੰ ਯਕੀਨ ਨਹੀਂ ਮੇਰੇ ਤੇ ਯਾਰ ਲੋਲੜ ਜਾ ਕਿਹੜਾ ਬਣੇਗਾ ਤੂੰ ਐਕਟਰ ਆਹੋ ਐਕਟਰ ਉਕਟਰ ਨਹੀਂ ਹੈਗਾ ਤੂੰ ਬਸ ਗਲਤ ਨਾ ਸਮਝਿਆ ਕਰ ਚੱਲ ਮੈਂ ਤਾਂ ਗੇੜਾ ਦੇ ਕੇ ਆਉਣਾ ਥੋੜਾ ਪਿੰਡ ਦੇਖ ਕੇ ਆਉਣਾ ਚੱਲ ਨਾਲ ਤੇਰੇ ਉਹ ਬਾਤ ਤੂੰ ਰਹਿਣ ਦੇ ਮਾਪੀ ਦੇਖ ਆਉਂਗਾ ਕਾਹੋ ਜਾ ਗਿਆ ਇਹ ਬੰਨ ਲੂਗਾ ਲੈ ਪੱਗ ਵੀ ਤੂੰ ਸੁਖਬੀਰ ਬਾਦਲ ਨਾਲ ਪੱਠ ਲੱਗਦੀ ਹੈ ਤੇਰੀ ਪੱਗ ਬੰਨ ਕੇ ਲਾਲ ਲੈ ਕੇ ਤੇਰੇ ਮੈਨੂੰ ਕਹਿੰਦਾ ਲੈ ਜਾਣ ਜਾਣਾ ਹੁਣ ਤੈਨੂੰ ਦੱਸ ਕੇ ਕਿੱਧਰ ਜਾਵਾਂਗੇ ਨਾਲ ਤੈਨੇ ਕਿਹੜਾ ਕੁਛ ਜਵਾਨੀ ਪਰੇ ਕਰਿਆ ਨਹੀਂ ਲੈ ਦੇਖ ਕੇ ਮੈਂ ਪਿਆ ਸੁਣਦੇ ਨਹੀਂ ਜੀ ਉਹ ਕੀ ਹੋ ਗਿਆ ਹੁਣ ਨਾ ਮੈਨੂੰ ਇਹ ਦੱਸ ਭੈਣ ਨੂੰ ਕੀ ਹੋਇਆਗਾ ਤੈਨੂੰ ਪਤਾ ਵੀ ਰਿਸ਼ਤੇਦਾਰ ਆ ਰਹੇ ਨੇ ਮਾੜਾ ਮੋਟਾ ਕੋਈ ਸਮਾਨ ਸੱਲਾ ਲਿਆ ਦੇ ਉਹਨੂੰ ਦਾਰੂ ਦੁਰੂ ਕਿਵੇਂ ਗੇੜੇ ਕੱਢਦਾ ਫਿਰਦਾ ਬੇੜੇ 'ਚ ਉਹ 5 ਵੱਜਣ ਤੇ ਆ ਰਹੇ ਨੇ ਦਾਰੂ ਲਿਆਉਣ ਨੂੰ ਕੀ ਪ੍ਰਾਹੁਣਾ ਆਇਆ ਹੋਇਆ ਉਹ ਦਾਰੂ ਤਾਂ ਮੈਂ ਕਦੇ ਆਪਣੇ ਭਵਾਨੀਗੜ ਵਾਲੇ ਪ੍ਰਾਹੁਣੇ ਨੂੰ ਨਹੀਂ ਦਿੱਤੀ ਇੱਕ ਤਾਂ ਨਾ ਗੱਲ ਗੱਲ ਦੇ ਵਿੱਚ ਆ ਭਵਾਨੀਗੜ ਵਾਲਾ ਪ੍ਰਾਹੁਣਾ ਭਵਾਨੀਗੜ ਵਾਲਾ ਪ੍ਰਾਹੁਣਾ ਵੇ ਪ੍ਰਾਹੁਣਾ ਕੀ ਮੇਰੇ ਹੱਥ ਗਾਲ ਕਢਾ ਲਈ ਤੀ ਗੱਲ ਸੁਣ ਲੈ ਰਿਸ਼ਤੇਦਾਰ ਆਇਆ ਹੋਇਆ ਇੱਜ਼ਤ ਕਰਨੀ ਸਿੱਖ ਲਾ ਨਹੀਂ ਸਾਰੇ ਪਿੰਡ 'ਚ ਜਾ ਕੇ ਡੌਂਡਰਾ ਪਿੱਟ ਦੂ ਤੇਰੀ ਬੇਇੱਜ਼ਤੀ ਹੋਊਗੀ ਵੀ ਸਾਡੂ ਨੇ ਮੈਨੂੰ ਸ਼ਰਾਬ ਨਹੀਂ ਪਈ ਸਾਡੂ ਨੇ ਸ਼ਰਾਬ ਨਹੀਂ ਪਿਆਈ ਦੱਸ ਹੁਣ ਮੈਂ ਫਿਰ ਉਹਦਾ ਕੀ ਕਰਾਂ ਹੱਲ ਫਿਰ ਹੁਣ ਸ਼ਰਾਬ ਲੈ ਆ ਜਾਏ ਕਰ ਸ਼ਰਾਬ ਲੈ ਆ ਖੇਤ ਲੈ ਜਾ ਉਹਨੂੰ ਉੱਥੇ ਪੀ ਆਇਓ ਘਰੇ ਨਾ ਪੀਓ ਅੱਛਾ ਖੇਤ ਲੈ ਜਾ ਉਹਨੂੰ ਜਦੋਂ ਮੈਂ ਪੀ ਕੇ ਆਉਣਾ ਉਦੋਂ ਤਾਂ ਤੂੰ ਭੂਸਰੀ ਹੋਈ ਬੈੜੀ ਮੰਗੂ ਪੈਣੀ ਆ ਅੱਜ ਅੱਗੇ ਮੇਰੀ ਭੈਣ ਦਾ ਪ੍ਰਾਹੁਣਾ ਆਇਆ ਤੇ ਹੁਣ ਦੇਖ ਲੈ ਕਿਵੇਂ ਕਰਦੀ ਆ
ਲੈ ਕਹਿੰਦਾ ਤੇਰੀ ਭੈਣ ਦਾ ਪ੍ਰਾਹੁਣਾ ਵੇ ਤੇਰਾ ਵੀ ਕੁਛ ਲੱਗਦਾ ਸਾਡੂ ਅਤਰਾ ਢੰਗ ਨਾਲ ਬੋਲ ਤਾਂ ਪੈ ਤੈਨੂੰ ਤਾਂ ਬਿਣ ਪੀਤੀ ਤੂੰ ਨਸ਼ਾ ਹੋਇਆ ਪਿਆ ਤੂੰ ਤਾਂ ਆਈ ਮੇਰੇ ਸਿਰ ਤੇ ਪੁੱਛਰੇ ਸਾਨ ਵਾਂਗੂ ਖੜੀ ਰਹਿਣੀ ਆ ਚੱਲ ਕੋਈ ਨਾ ਕਰਦਾ ਕੋਈ ਹੱਲ ਹੀਲਾ ਨਹੀਂ ਕਰਨਾ ਲਿਆ ਕੇ ਦੇਣੀ ਆ ਉਹ ਦੇਖ ਲੈ ਕਿਵੇਂ ਬੇੜੇ 'ਚ ਗੇੜੇ ਕੱਢਦਾ ਫਿਰਦਾ ਇਹ ਤਾਂ ਭੁੰਡੀ ਤੋਂ ਸੀ ਮੈਂ ਗੁਲਾਬ ਜਾਮਣਾ ਮੰਗਾ ਲੀਆਂ ਹੁਣ ਭੁੰਡੀ ਨੂੰ ਮੈਂ ਇੰਨ ਤਾਂ ਕਹਿਣ ਨਹੀਂ ਲੱਗੀ ਵੀ ਤੇਰਾ ਮਾਸੜ ਆ ਰਿਹਾ ਜਾਂ ਉਹਨੂੰ ਸ਼ਰਾਬ ਲਿਆ ਦੇ ਜਵਾਕ ਵੀ ਵਿਗੜ ਜੂ ਫਿਰ ਨਹੀਂ ਉਹ ਫਿਰ ਗੇੜੇ ਦਿੰਦਾ ਫਿਰਦਾ ਜੇ ਉਹਨੂੰ ਕੀਲੇ ਨਾਲ ਬੰਨ ਦੇ ਲਿਆਉਣਾ ਮੈਂ ਕੋਈ ਨਾ ਕਰਦਾ ਹੱਲ ਪੁੱਛਦਾ ਕਿਸੇ ਨੂੰ ਤੈਨੂੰ ਬੰਨਦਾ ਨੇ ਕੀਲੇ ਨਾਲ ਉੱਥੇ ਜਾ ਕੇ ਅਗਲੇ ਤੇ ਕਿਵੇਂ ਰੋਬ ਮਾਰਦਾ ਹੁਣ ਮੀਟ ਲਿਆ ਕੇ ਦੋ ਸ਼ਰਾਬ ਲਿਆ ਕੇ ਦੋ ਆਪਦੀ ਮੇਰੀ ਹੁਣ ਉਹ ਫਿਰ ਮੈਂ ਵੱਡਾ ਪਰਾਉਣਾ ਉਹਨਾਂ ਦਾ ਹੱਕ ਨਹੀਂ ਬਣਦਾ ਉਹਨਾਂ ਦਾ ਫਿਰ ਤੇਰਾ ਵੀ ਹੱਕ ਬਣਦਾ ਤੂੰ ਵੱਡਾਂਗਾ ਵੀ ਉਹਨਾਂ ਨੂੰ ਲਿਆ ਕੇ ਕੁਛ ਖਵਾਵੇਂ ਉਹ ਚੰਗਾ ਜਾ ਵਗ ਜਾ ਕਰਦਾ ਮੈਂ ਹੱਲ ਕਰਦਾ ਕੋਈ ਨਾ ਇੱਕ ਸਾਲ ਜਾਂ ਆ ਲੈ ਸਾਡੂ ਆ ਫਿਰ ਲਾ ਪੇਗ ਪਾ ਤੂੰ ਤੂੰ ਪਾ ਆਪਣੇ ਹੱਥ ਨਾਲ ਬਣਾ ਹੱਥ ਨਾਲ ਮਕਲਾਵਾ ਪਾਵਾਂ ਭੈਣ ਦਾ ਆ ਦੇਖ ਲੈ ਇੰਨੀ ਪੀ ਗਿਆ ਕੋਈ ਨਸ਼ਾ ਨਹੀਂ ਹੋਇਆ ਕੁਛ ਨਹੀਂ ਹੋਇਆ ਫੁੱਦੂ ਦਾ ਰੂਪ ਲਈ ਜਾਣਾ ਤੂੰ ਸਾਡੂ ਆ ਯਾਰਾ ਉਹ ਫੁੱਦੂ ਕਾਹਨੂੰ ਹੈ ਹੇ ਉਹ ਮੈਂ ਤਾਂ ਇਤੋਂ ਆ ਮੁੰਡੇ ਤੋਂ ਮੰਗਾਈ ਆ ਇਹਨੇ ਵੀ ਆਪਣੇ ਪਿਓ ਵਾਲੀ ਚੱਕ ਕੇ ਲਿਆ ਕੇ ਦਿੱਤੀ ਆ ਹੋਰ ਮਸਾ ਲੈ ਕੇ ਆਇਆ ਆਪਦੀ ਜਾਨ ਤੇ ਖੇਡ ਕੇ ਜਾਨ ਤੇ ਖੇਡ ਕੇ ਰਿਤਿਕ ਰੋਸ਼ਨਾ ਜਿਵੇਂ ਉਹ ਬੱਤਾ ਜਾ ਪੀਂਦਾ ਹੁੰਦਾ ਜਾਨ ਤੇ ਖੇਡ ਕੇ ਹੈ ਹੋਰ ਮੈਂ ਆਪਦੇ ਡੈਡੀ ਤੋਂ ਚੋਰੀ ਲੈ ਕੇ ਆਇਆਗਾ ਉਹ ਤੂੰ ਵੀ ਲਾਉਣਾਗਾ ਨਾ ਨਾ ਆਪਾਂ ਨਹੀਂ ਲਾਉਂਦੇ ਜਿਹਦਾ ਜਿਹੜੇ ਹਿਸਾਬ ਨਾਲ ਚੋਰੀਓ ਚੱਕ ਕੇ ਲਿਆ ਲਾਉਂਦਾ ਹੋਊਗਾ ਇਹ ਉਹ ਨਹੀਂ ਮੈਂ ਤਾਂ ਤੁਹਾਡੇ ਵਾਸਤੇ ਲੈ ਕੇ ਆਇਆ ਆ ਗਲਾਸ ਦਾ ਤਿੰਨ ਲੈ ਕੇ ਆਇਆ ਤੂੰ ਉਹ ਇਹ ਤਾਂ ਉਹ ਲਿਆ ਆ ਵੀ ਵਿੱਚੋਂ ਕੋਈ ਲੀਕ ਰੂਕ ਜਾ ਹੋ ਜਾਂਦਾ ਆ ਲੀਕ ਨਾ ਹੋ ਜੇ ਤਾਂ ਲਿਆ ਆ ਇਹ ਤਾਂ ਰਬੜ ਦੇ ਨੇ ਨਾ ਕਾਨੂੰ ਸਾਡੂ ਆ ਤੈਨੂੰ ਨਹੀਂ ਪਤਾ ਹੈਗਾ ਇਹ ਜਵਾਕ ਜੇ ਕੰਜਰ ਦੇ ਬੈਗਤੀ ਬਹੁਣਗੇ ਵਿੱਚੋਂ ਜੇ ਵੀ ਆਇਆ ਆਪਣਾ ਮੜਾ ਜਿਹਾ ਅੱਖ ਦਾ ਪੜਦਾ ਮੰਨਦੇ ਨੇ ਇਹ ਵੀ ਜੇ ਕਹਿ ਦੇਣ ਵੀ ਲਾਲਾ ਤਾਂ ਹੀ ਤਿੰਨ ਲਿਆ ਹੋਊਗਾ ਇਹ ਪੁੱਛ ਕੇ ਦੇ ਮੈਂ ਨਹੀਂ ਲਾਉਂਦਾ ਮੇਰਾ ਨਹੀਂ ਇਹੋ ਜਿਹਾ ਕੋਈ ਇਰਾਦਾ ਹੈਗਾ ਦੇਖ ਲੈ ਕੰਜਰ ਦਾ ਉਹਦਾ ਨਹੀਂ ਪੀਂਦਾ ਵੀਰ ਵੂਰ ਤਾਂ ਨਹੀਂ ਪੀਂਦਾ ਨਾ ਜਮਾ ਨਹੀਂ ਮੈਂ ਉਹ ਨਹੀਂ ਕੁਛ ਪੀਂਦਾ ਹੈਗਾ ਮੈਂ ਤਾਂ ਤੁਹਾਡੀ ਸੇਵਾ ਵਾਸਤੇ ਲੈ ਕੇ ਆਇਆ ਵੀ ਚੱਲ ਤੂੰ ਦੇਖ ਸਾਡੂ ਆ ਮੈਂ ਖੁਸ਼ ਹੋ ਜੂਗਾ ਤੂੰ ਤਾਂ ਦੇਖ ਗੁੱਸੇ ਵਾਲੀ ਗੱਲ ਹੈ ਨਹੀਂ ਕਿ ਗੁੱਸਾ ਕਰੇਗਾ ਤੂੰ ਕਰ ਲਈ ਤੇਰੀ ਮਰਜ਼ੀ ਆ ਨਾ ਆਪਣਾ ਕੋਈ ਗੁੱਸਾ ਗੱਲਾ ਨਹੀਂ ਭਾਈ ਨਾ ਆਪਣਾ ਨਹੀਂ ਗੁੱਸਾ ਗੱਲਾ ਹੈਗਾ ਹੁਣ ਆ ਦੇਖੀ ਆ ਦਾਰੂ ਜਿਹੜੀ ਤੂੰ ਪੀਨਾਗਾ ਇਹਦਾ ਨਿਰਾ ਗੰਦ ਹੈਗਾ ਇਹ 10 ਸਾਲ ਪਹਿਲਾਂ ਬੁੜਾ ਕਰਦੀ ਆ ਘਰ ਦੀ ਦਾਰੂ ਤਾਂ ਹੈ ਆ ਤਾਂ ਹੀ ਤਾਂ ਤੇਰੇ ਚਿੱਟੇ ਵਾਲ ਆਏ ਪਏ ਨੇ ਸਾਰੇ ਉਹ ਕਾਹਨੂੰ ਕਰਦੀ ਆ ਬੁੜਾ ਇਹ ਤਾਂ ਤੂੰ ਐ ਲਾਲਾ ਵੀ ਪੁੱਛਣਾ ਕੁਛ ਕੀ ਕੁਛ ਪਾਇਆ ਹੋਇਆ ਗੁਲਾਬ ਕੀ ਪਾਉਂਦਾ ਹੋਵੇ ਤੇਰਾ ਲਾਣੇਦਾਰੇ ਚ ਗੁਲਾਬ ਗੁੜਗੜ ਪਾ ਲੈਂਦਾ ਸ਼ੱਕਰ ਪਾ ਲੈਂਦਾ ਬਹੁਤ ਕੁਛ ਮੈਨੂੰ ਤਾਂ ਪਤਾ ਹੀ ਨਹੀਂ ਅੰਗੂਰ ਆ ਚਹਾਰੇ ਚੂਰ ਓਈ ਮਰੀ ਜਾਨੇ ਤੂੰ ਤਾਂ ਯਾਰ ਮੇਰੀ ਗੱਲ ਸੁਣ ਪੈਸੇ ਲਾਉਣ ਦਾ ਮਾਰਾ ਕਹੀ ਜਾਣਾ ਤਾਂ ਸਾਡੂ ਆ ਕੇ ਗੱਲ ਦੱਸਾਂ ਤੈਨੂੰ ਮੈਂ ਮੇਰੀ ਗੱਲ ਸੁਣ ਲੈ ਆ ਜਿਹੜੀ ਤੂੰ ਮੈਨੂੰ ਪਲੇਈ ਜਾਣਾ ਨਾ ਇਹਦਾ ਨਿਰਾ ਗੰਦ ਆ ਗੰਦ ਜ਼ਹਿਰ ਹੈਗਾ ਮੇਰਾ ਜਿਵੇਂ ਤੈਨੂੰ ਪਤਾ ਨਾ ਮੇਰੇ ਲਿੰਕ ਨੇਗੇ ਮੰਤਰੀਆਂ ਸ਼ੰਤਰੀਆਂ ਨਾਲ ਉੱਠਣੀ ਬਹਿਣੀ ਹੈਗੀ ਐਕਟਰਾਂ ਨਾਲ ਵੱਡੇ ਵੱਡੇ ਕਲਾਕਾਰਾਂ ਨਾਲ ਮੇਰੇ ਲਿੰਕ ਨੇਗੇ ਮੈਂ ਕਾਲੇ ਕੁੱਤੇ ਤੋਂ ਘੱਟ ਦਾਰੂ ਨਹੀਂ ਪੀਂਦਾ ਹੈਗਾ ਉਹ ਸਾਡੂ ਆਹਦਾ ਹੁਣ ਫਿਰ ਕਾਲੇ ਕੁੱਤੇ ਨਾਲ ਪੀਂਦਾ ਬੰਦਾ ਬੁੰਦਾ ਤੈਨੂੰ ਮਿਲਿਆ ਹੀ ਨਹੀਂ ਹੋਈ ਉਹ ਤੂੰ ਕਹਿੰਦੇ ਅਨਪੜ੍ਹ ਅਨਪੜ੍ਹੇ ਰਹੋਗੇ ਪਿੰਡ ਵਾਲੇ ਲੋਕ ਤੁਸੀਂ ਉਹ ਕਾਲਾ ਕੁੱਤਾ ਕੰਜਰ ਦਿਆ ਉਹ ਨਹੀਂ ਕਹਿੰਦਾ ਵੀ ਕਾਲੇ ਕੁੱਤੇ ਨਾਲ ਕਾਲੇ ਕੁੱਤੇ ਤੋਂ ਮਤਲਬ ਬਲੈਕ ਡੌਗ ਹੁੰਦੀ ਹੈਗੀ ਵੱਡੇ ਵੱਡੇ ਅਫਸਰ ਪੀਂਦੇ ਨੇਗੇ ਮੰਤਰੀ ਪੀਂਦੇ ਨੇਗੇ ਸਾਨੂੰ ਨਹੀਂ ਪਤਾ ਭਾਈ ਸਾਨੂੰ ਤਾਂ ਇਹਦੇ ਨਾਲ ਹੀ ਨਸ਼ਾ ਕੀ ਪਤਾ ਹੈਗਾ ਤੁਹਾਨੂੰ ਕੀ ਸ਼ੱਕੂ ਪਤਾ ਹੋਊਗਾ ਤੁਸੀਂ ਭੈਣਾ 2000 ਰੁਪਏ ਦੀ ਬੋਤਲ ਆਉਂਦੀ ਉਹ ਇੱਕ ਬੋਤਲ ਬੜੀ ਮਹਿੰਗੀ ਹੈ ਤਾਇਆ ਓਏ ਐਵੇਂ ਮਰੀ ਜਾਂਦਾ ਸਾਲਾ ਫੋਕਰਾ ਥੋੜਾ ਜਿਹਾ ਹਾਂ ਜੀ ਹਾਂ ਜੀ ਮਲਾਈ ਚੱਲ ਇਹਦੀ ਓਏ ਕਿ ਤੈਨੂੰ ਕਿ ਤੇਰੇ ਪਾਸ 2000 ਦੀ ਬੋਤਲ ਨਹੀਂ ਹੁੰਦੀ ਹੈ ਨਾ ਹੋਰ ਕਿੰਨੇ ਦੀ 5000 ਦੀ ਆ ਪਈ ਉਹ ਤਾਂ 5000 ਓ ਯਾਰ ਤੂੰ ਉਹੀ ਮੰਨਦਾ ਨਹੀਂ ਗੱਲ ਨਾ ਮੰਨ ਗਏ ਮੇਰੀ ਗੱਲ ਸੁਣ ਤੂੰ ਕਰੀਏ ਨਾ ਮੈਂ ਉਹ ਇਹਨੇ ਜੀਰੀ ਕੱਢਤੀ ਫਲਾਣਾ ਕੱਢਤੀ ਸ਼ੱਕੂ ਕੱਢਤੀ ਜੀਰੀ ਜ਼ਹਿਰ ਵਾਲੀ ਦਾ ਰੂਪ ਲਈ ਜਾਂਦਾ ਮੈਨੂੰ ਕੋਈ ਭੈਣ ਦਾ ਖਾਣ ਨੂੰ ਕੋਈ ਗੰਢਾ ਮੂਲੀਏ ਨਹੀਂ ਤੂੰ ਤਾਂ ਭੈਣ ਦਾ ਜਿਵੇਂ ਸੁੱਕੀ ਲਵਾਈ ਜਾਂਦਾ ਮੈਂ ਤਾਂ ਮੀਟ ਤੋਂ ਮੱਛੀ ਤੋਂ ਬਿਨਾ ਪੈਗ ਨਹੀਂ ਲਾਉਂਦਾ ਅੱਬਲਾ ਤਾਂ ਬੱਕਰਾ ਚੱਲਦਾ ਡੇਲੀ ਜੇ ਬੱਕਰਾ ਨਾ ਹੋਵੇ ਤਾਂ ਬਾਈ ਚਾਂਸ ਉਹਦੀ ਆਪਸ਼ਨ ਦੇ ਵਿੱਚ ਮੁਰਗੇ ਨੂੰ ਆਪਾਂ ਤਵੱਜੋ ਦੇ ਦਿੰਦੇ ਹਾਂਗੇ ਨਹੀਂ ਸਿਆਲ ਸਿਆਲ ਤਾਂ ਆਪਣੇ ਮੱਛੀ ਚੱਲਦੀ ਹੈਗੀ ਫਿਸ਼ ਚੱਲਦੀ ਹੈਗੀ ਫਿਸ਼ ਫੋਕਰਾ ਫੋਕਰਾ ਸੁਣੀ ਚੱਲਦੀ ਆ ਬਸ ਹੋਰ ਹੁਣ ਕਿੱਥੋਂ ਭਲਿਆਦਾ ਮੈਂ ਤਾਂ ਤਰਸ ਆਉਂਦਾ ਉਹ ਤੇਰੇ ਘਰ ਵਾਲੀ ਦਾ ਸਾਡੂ ਆ ਕਿਉਂ ਮੈਂ ਤੇਰੇ ਘਰ ਵਾਲੀ ਦਾ ਤਰਸ ਆਉਂਦਾ ਉਹ ਸੋਹਣੀ ਸੁਣੱਖੀ ਤੇ ਕਿੱਥੇ ਤੇਰੇ 'ਚ ਫਸ ਗਈ ਇੰਨੇ ਤਾਂ ਤੇਰੇ 'ਚ ਕੱਜ ਨੇ ਕੰਜਰ ਦਾ ਇੱਕ ਤਾਂ ਲੰਗ ਮਾਰ ਦਾਂਗਾ ਹੈ ਉੱਤੋਂ ਦਾੜੀ ਚਿੱਟੀ ਐਡੇ ਬੁੜੇ ਨਾਲ ਉਂ ਬਹਿਤੀ ਗਾਹਾਂ ਮੇਰਾ ਸਾਲਾ ਇਹੋ ਜਿਹਾ ਚੀਪੜ ਕੰਜੂਸ ਬੰਦਾ ਗਾ ਵੀ ਸਾਰਾ ਦਿਨ ਉਹਨੂੰ ਘਰੇ ਕੰਮ ਲਾਈ ਰੱਖਦਾ ਗਾ ਆਪ ਕੋਈ ਯਾਰ ਕੀ ਤੇਰੀ ਜ਼ਿੰਦਗੀ ਆ ਤੇਰੀ ਫੁੱਦੂ ਜ਼ਿੰਦਗੀ ਆ ਯਾਰ ਤੇਰੀ ਫੁੱਦੂ ਕੀ ਬੋਲੀ ਜਾਂਦਾ ਹੈ ਤਾਈ ਇਹ ਯਾਰ ਮੈਨੂੰ ਲੱਗਦਾ ਆਪਾਂ ਨੂੰ ਸ਼ੂਟ ਕਰਨਾ ਪਊ ਇਹ ਹੈ
ਕੀ ਕਰਨਾ ਪਊਗਾ ਮੂਤ ਕਰਨਾ ਮੂਤ ਕਰਿਆ ਉਧਰ ਜਾ ਕੇ ਕਰਿਆ ਮੂਤ ਕਾਨੂੰ ਖੜ ਤੂੰ 2 ਮਿੰਟ ਖੜਾ ਤੈਨੂੰ ਨਾ ਉੱਚਾ ਸੁਣਦਾ ਉੱਚਾ ਨਹੀਂ ਤੇ ਯਾਰ ਇਹ ਲੁੱਟਾ ਉੱਚਾ ਨਹੀਂ ਸੁਣਦਾ ਹੋਰ ਤੁਹਾਡੀ ਰੈਪੂਟੇਸ਼ਨ ਨਹੀਂ ਹੈ ਕੋਈ ਤੁਸੀਂ ਪਿੰਡ ਵਾਲੇ ਬੰਦੇ ਜਿਹੜੇ ਤੁਸੀਂ ਯਾਰ ਜਿਵੇਂ ਲਾਗੜੂ ਬੰਦੇ ਹੁੰਦੇ ਲਾਗੜੂ ਇੱਕ ਮਿੰਟ ਖੜਦਾ ਸਹੀ ਤੂੰ ਇੱਥੇ ਬੈਠ 2 ਮਿੰਟ ਮੈਂ ਕਿਹੜੂ ਬੰਦਾ ਯਾਰ ਕੀ ਦਰਤ ਆਇਆ ਇਹ ਫੁੱਦੂ ਬੰਦਾ ਤੁਸੀਂ ਯਾਰ ਸਾਰੇ ਬੰਦੇ ਯਾਰ ਆ ਕੀ ਮੈਨੂੰ ਘਟੀਆਂ ਦਾ ਰੂਪ ਲਈ ਜਾਂਦੇ ਹੋਗੇ ਹੈਂ ਮੈਂ ਤੈਨੂੰ ਦੱਸਿਆ ਮੈਂ 2000 ਘੱਟ ਵਾਲੀ ਦਾਰੂ ਨਹੀਂ ਪੀਂਦਾ ਹੈਗਾ ਮੈਂ ਬਹੁਤ ਵਧੀਆ ਜੀ ਲਾ ਕੇ ਦਾ ਦੇਖੋ ਤੁਸੀਂ ਯਾਰ ਬਹੁਤ ਵਧੀਆ ਗਾਣੂ ਵਧੀਆ ਗਏ ਪਾਸੇ ਆ ਕੀ ਹੋ ਗਿਆ ਤਾਂ ਆ 1 ਮਿੰਟ ਤਾਂ ਖੜ ਗਿਆ ਕੀ ਗਈ ਜਾਂਦੇ ਹੋ ਕਿਵੇਂ ਕਿਹੜੇ ਜਦੀ ਜਾਂਦੇ ਓਏ ਉਹ ਪੈਗ ਪਾ ਰਿਆ ਤਾਂ ਆ ਮੇਰਾ ਕਾਨੂੰ ਖੜਦਾ ਬਹੁਤ ਪਰਾ ਕਾਨੂੰ ਤੁਸੀਂ ਜਾਂਦਾ ਲਾ ਲਾ ਕੇ ਹੁਣ ਕੰਜਰ ਦਾ ਇੱਕ ਤਾਂ ਲਾ ਲਈਏ ਜਿਹੜੀ ਫੁੱਦੂ ਜੀ ਦਾਰੂ ਲਿਆਂਦੀ ਤੁਸੀਂ ਨੇ ਵਖਾ ਖੜਤਾ ਸਹੀ ਤੂੰ ਐਡਾ ਮਲਾਂਗਾ ਤੇਰਾ ਤਾਂ ਆ ਓਏ ਹੈ ਮੇਰੀ ਸਾਲੀ ਦੀ ਕਿਸਮਤ ਮਾੜੀ ਤੇ ਰੁਲ ਗਈ ਇੱਥੇ ਆ ਕੇ ਹੈ ਤੈਨੂੰ ਮੈਂ ਜੁੱਤੀ ਝਾੜੀ ਜਾਂਦਾ ਹੈ ਜੁੱਤੀ ਕਾਨੂੰ ਝਾੜਦਾ ਓਏ ਆ ਕੀ ਕਰੇ ਮੈਂ ਮਾਰਨਾ ਮੈਂ ਅਫਸਰ ਬੰਦਾ ਗਾ ਮੈਂ ਮੇਰੀ ਪਹੁੰਚ ਬਹੁਤ ਹੈਗੀ ਮਾਰਦਾ ਹੋਏ।